ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਬੁੱਧ ਦਾ ਤੇ ਇਸ ਟਾਈਮ ਸਿਆਲਕੋਟ ਦੇ ਨੌਜਵਾਨ ਕਮ ਉਮਰ ਤੇ ਮਾਸ਼ਾਅੱਲਾ ਜੀ ਸਸਤੇ ਫਾਰਮਰ ਅਬੂ ਸਰ ਸਾਹਿਬ ਦੇ ਡੇਰੇ ਤੇ ਮੌਜੂਦ ਆ। ਤੇ ਮਾਸ਼ਾਅੱਲਾ ਜੀ ਅਬੂ ਸਰ ਸਾਹਿਬ ਨੇ ਅੱਜ ਕਹਿਣ ਤੇ ਮਜਬੂਰ ਕੀਤਾ ਹੈ ਕਿ ਅਬੂ ਸਰ ਆ ਗਿਆ ਤੇ ਛਾ ਗਿਆ। ਮਾਸ਼ਾਅੱਲਾ ਜੀ ਭਾਈ ਅਬੂ ਸਰ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ ਤਿੰਨ ਖੂਬਸੂਰਤ ਮੁਨਾਸਬ ਕੀਮਤ ਗਾਵਾਂ, ਜਿਨ੍ਹਾਂ 'ਚ ਦੋ ਖਾਂਗੜ ਗਾਵਾਂ ਵੀ ਮੌਜੂਦ ਨੇ, ਇਸ ਤੋਂ ਇਲਾਵਾ ਇੱਕ ਖਾਂਗੜ ਝੋਟੀ ਤੇ ਮਾਸ਼ਾਅੱਲਾ ਜੀ ਇੱਕ ਖੂਬਸੂਰਤ ਖੀਰੀ ਵੱਛੀ ਵੀ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਹੈ ਜੀ 80,000। ਸਾਰੇ ਜਾਨਵਰਾਂ ਦਾ ਸੇਲ ਪੈਕੇਜ ਹੈ, ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ ਭਾਈ ਅਬੂ ਸਰ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਤ, ਤੁਸੀਂ ਸੁਣਾ ਕੀ ਹਾਲ ਚਾਲ ਹੈ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਬੜਾ ਕਰਮ ਹੈ ਭਾਈ ਅਬੂ ਸਰ, ਤੁਸੀਂ ਸੁਣਾਓ ਠੀਕ ਹੋ, ਸਭ ਹੈਰੀਅਤ ਹੈ? ਭਾਈ ਫਰਾਤ ਸ਼ੁਕਰ ਜੀ ਅੱਲਾਹ ਪਾਕ ਦਾ, ਤੁਸੀਂ ਸੁਣਾਓ ਕੀ ਹਾਲ ਚਾਲ ਜੀ? ਅੱਲਾਹ ਪਾਕ ਦਾ ਬੜਾ ਸ਼ੁਕਰ ਆ ਰਿਹਾ ਜੀ ਜਨਾਬ ਦੀਆਂ, ਕੋਈ 3-4 ਵੀਡੀਓਜ਼ ਅਪਲੋਡ ਕੀਤੀਆਂ ਨੇ ਦੋਸਤਾਂ ਨੇ, ਕਾਫੀ ਪਸੰਦ ਕੀਤੀਆਂ ਨੇ, ਪਿਛਲੀ ਵੀਡੀਓ ਨੇ ਕਾਫੀ ਧੁੰਮ ਪਾਈ ਹੈ ਅਤੇ ਧੁੰਮ ਅੱਜ ਵੀ ਪਾਈਆਂ ਨੇ ਦੋਸਤਾਂ ਨੂੰ। ਫਿਰ ਆਪਣਾ ਅਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਭਾਈ ਫਰਾਤ। ਪਿੰਡ ਸਾਡਾ ਭਾਬੜਿਆਂ ਵਾਲਾ ਜੇ, ਤਹਿਸੀਲੋ ਜ਼ਿਲ੍ਹਾ ਸਿਆਲਕੋਟ, ਮੇਨ ਰੋਡ ਉੱਗੋ ਕੀ ਰੋਡ ਦੇ ਉੱਤੇ ਹੀ ਸਾਡਾ ਡੇਰਾ, ਨਾਲ ਹੀ ਆ ਸੜਕ ਲੱਭਦੀ ਹੈ ਪੇ ਇੱਥੋਂ, ਠੀਕ ਹੈ? ਅਤੇ ਕੀ ਨਾਲ ਦਾ ਡੇਰਾ ਚੌਧਰੀ ਜ਼ਫਰ ਲੰਬੜਦਾਰ ਸਾਹਿਬ ਦਾ ਜੀ, ਅਬੂ ਸਰ ਸਾਹਿਬ ਦੇ ਵਾਲਾ ਸਾਹਿਬ ਨੇ ਜੀ, ਉਹਨਾਂ ਦੇ ਨਾਮ ਤੋਂ ਡੇਰਾ ਮਸ਼ਹੂਰ ਹੈ ਅਤੇ ਅੱਜ ਖੜਾ ਕੀ ਹੈ? ਅੱਗੇ ਵੀ ਖੜਾ ਕੀਤਾ ਸੀ ਅਤੇ ਹੁਣ ਵੀ ਖੜਾ ਕਰਨਾ ਹੈ ਅਤੇ ਖੜਾ ਕਰਨਾ ਹੀ ਨੇ। ਜ਼ਿੰਦਾਬਾਦ, ਯਾਨੀ ਕਿ ਹਰ ਵੀਡੀਓ 'ਚ ਖੜਾਕ ਅਤੇ ਖੜਾਕ ਹੀ ਕਰਨਾ ਖੜਾ ਭਾਈ, ਲਿਆਓ ਉੱਧਰ ਆਪ ਹੀ ਪਰਲੀ ਸਾਈਡ 'ਚ ਨਜ਼ਰ ਆ, ਜਾਨਵਰ ਮੁਕੰਮਲ ਨਜ਼ਰ ਆਏ, ਵੈਨ ਨੰਬਰ 1 ਆ ਗਈ ਮਾਸ਼ਾਅੱਲਾ ਜੀ, ਇਹ ਹੋ ਕੇ ਵੀ ਦੋਸਤਾਂ ਵੇਖ ਲੈਣੀ ਹੈ, ਪ੍ਰਿੰਟ ਚੈੱਕ ਕਰਨਾ ਹੈ, ਖਾਂਗੜ ਕਾਫੀ ਦੋਸਤ ਡਿਮਾਂਡ ਕਰਦੇ ਨੇ ਖਾਂਗੜ ਦੀ, ਅੱਜ ਟੋਟਲ 4 ਜਾਨਵਰ ਨੇ ਜਿਨ੍ਹਾਂ 'ਚ 2 ਖਾਂਗੜ ਗਾਵਾਂ ਵੀ ਨੇ ਜੀ। ਭਾਈ ਅਬੂ ਸਰ ਸਾਹਿਬ, ਕਿੰਨਵਾਂ ਸੁਬਾ ਸੂਈ ਹੈ ਅਤੇ ਕਿਦੋਂ ਦੀ ਸੂਈ ਹੈ? ਭਾਈ ਪਹਿਲਾ ਸੁਬਾ ਸੂਈ ਹੈ, 3 ਮਹੀਨੇ ਹੋ ਚੱਲਾ ਜੇ ਸੂਈ ਨੂੰ, ਠੀਕ ਹੈ? ਮਹੀਨੇ ਤਕਰੀਬਨ 3 ਕੁ ਹੋ ਗਏ ਨੇ, ਸੁਬਾ ਪਹਿਲਾ ਸੂਈ ਹੈ ਭਾਈ, ਟੋਰੋ ਲੈ ਚੱਲੋ ਜਾ ਆਇਆ ਮਗਰ। ਹਾਂਜੀ ਭਾਈ ਫਰਾਦ, ਇਹਦੇ ਪਿੱਛੇ ਬੱਚਾ ਜੇ, ਤੁਸੀਂ ਅੰਜ ਨੂੰ ਬੰਨੋ ਬੱਚਾ ਹੀ ਬਹਾ ਲੈਂਦੇ ਹਾਂ। 3 ਕੁ ਮਹੀਨੇ ਹੋ ਗਏ ਨੇ, ਦੁੱਧ ਕਿੰਨਾ ਕੁ ਭਾਈ ਅਬੂ ਸਰ ਇਹਦੇ ਕੋਲ? ਭਾਈ ਫਰਾਦ ਇਹਦੇ ਕੋਲ ਦੁੱਧ ਜਾਂ 6 ਕਿਲੋ ਦੁੱਧ, ਦੋਵਾਂ ਟਾਈਮਾਂ ਦਾ ਟੋਟਲ 6 ਕਿਲੋ, ਜਾਂ ਤੇ ਪਸਮਾ ਕੇ ਚੁੰਦੇ ਹੀ ਹੋਣੇ, ਜਾਂ ਨੂੰ ਪਲਾਉਂਦੇ ਤੇ ਨਹੀਂ ਹੋਣੇ, ਜਾਂ ਨੂੰ ਪਲਾ ਵੀ ਲੈਂਦੇ। ਠੀਕ ਹੈ, ਯਾਨੀ ਕਿ ਟੋਟਲ ਦੁੱਧ ਦੀ 6 ਕਿਲੋ ਵੇ, ਦੋਵਾਂ ਟਾਈਮਾਂ ਦਾ ਸੁਆ ਪਹਿਲਾਂ ਸੂਈ ਹੈ। ਮਾਸ਼ਾਅੱਲਾ ਜੀ ਨੰਬਰ 1 ਤੇ ਆ ਗਈ ਹੈ, ਤੇ ਕਿੰਨੇ ਦੰਦ ਦੇ ਚੱਕ ਕੀਤੀ ਕਿ ਨਹੀਂ? ਚੋਗੀ ਮਾਸ਼ਾਅੱਲਾ ਜੀ, ਚੋਗੀ ਜੇ ਮੂੰਹ, ਠੀਕ ਹੈ, 4 ਦੰਦ। ਕੀ ਨਸਲ ਹੈ ਭਾਈ ਅਬੂ ਸਰ ਸਾਹਿਬ ਦੀ? ਭਾਈ ਫਰਾਦ ਨਾਲ ਚੋਲਸਤਾਨੀ ਤੇ ਜਰਸੀ ਦਾ ਕਰਾਸ ਜੀ, ਬਿਹਤਰ ਹੋ ਗਿਆ, ਚੋਲਸਤਾਨੀ ਤੇ ਜਰਸੀ ਕਰਾਸ ਇਹ ਨੰਬਰ ਆ ਗਈ ਹੈ। 1 ਤੇ 4 ਦੰਦ ਦੇ ਪਹਿਲੇ ਨੇ, ਜਸਾਮਤ ਬੜੀ ਪਿਆਰੀ ਹੈ, ਦੁੱਧ 6 ਕਿਲੋ ਵੇ, ਪਿੱਛੇ ਤੋਂ ਜਾ ਵੀ ਆ, ਵੇ ਕੀ ਜਾ ਪਿੱਛੇ ਦੇ ਭਾਈ ਫਰਾਦ, ਉਹ ਡੱਬੇ ਰੰਗ ਦਾ ਬੱਚੇ ਤੋਂ ਬਗੈਰ ਵੀ ਪਸਮ ਜਾਂਦੀ ਹੈ, ਅਗਰ ਕਿਸੇ ਦੋਸਤ ਬੱਚਾ ਨਹੀਂ ਲੈਣਾ ਤਾਂ ਭਾਈ ਬੱਚਾ ਵੀ ਰੱਖ ਲੈਂਦੇ, ਥਣ ਵੀ ਸੋਹਣੇ ਲੱਗੇ ਨੇ ਪਹਿਲਾਂ ਹੋ ਕੇ ਮਾਸ਼ਾਅੱਲਾ। ਚਲੋ 5,000 ਹੋਰ ਕਰ ਛੋੜੋ ਰੇਟ, ਹੁਣ ਫਾਈਨਲੀ ਕਰ ਛੋੜੋ। 1,75 ਰੇਟ ਜੇ ਭਾਈ ਫਰਾਦ,
ਜੀ ਜ਼ਿੰਦਾਬਾਦ ਮਾਸ਼ਾਅੱਲਾ ਜੀ। ਵੱਛੇ ਸਮੇਤ ਤਾਂ ਰੇਟ ਹੋਏ ਦਾ 1.75, ਖੰਘੜ ਦੁੱਧ ਵੀ 6 ਕਿਲੋ ਵੇ, ਇਹ ਵੀ ਪਹਿਲਾਂ ਨੇ 4 ਦੰਦੇ, ਨਸਲ ਵੀ ਚੰਗੀ ਹੈ, ਵਿੱਚ ਚੁਲਸਤਾਨੀ ਕਰਾਸ ਹੈ ਭਾਈ ਯਾਰ, ਜਰਸੀ ਅਤੇ ਚੁਲਸਤਾਨੀ ਗਿਆ, ਲੇਕਿਨ ਫਰੀਜ਼ੀਅਨ ਅਤੇ ਚੁਲਸਤਾਨੀ ਲੱਗਦੀ ਵੀ। ਮਜ਼ੀਦ ਜਿਹੜੇ ਦੋਸਤ ਵੇਖਦੇ ਨੇ ਕੋਈ ਸਮਝਦਾਰ ਨੇ, ਅਤੇ ਅਗਰ ਕਿਸੇ ਦੋਸਤ ਨੂੰ ਵੱਛਾ ਪਸੰਦ ਨਹੀਂ ਹੁੰਦਾ ਤਾਂ ਭਾਈ ਯਾਰ ਵੱਛਾ 20,000 ਦਾ ਉਹ ਰੱਖ ਲੈਂਦੇ। ਅੱਗੇ ਆ ਗਈ ਮਾਸ਼ਾਅੱਲਾ ਜੀ, ਬੜੀ ਨਸਲੀ ਚੀਜ਼ ਦਾ ਭਾਈ ਇੱਥੇ ਖਿਲਾ ਰਹੇ ਜੀ, ਕੰਨ ਐਵੇਂ ਛੋਟੇ ਛੋਟੇ ਨੇ, ਮੱਥੇ 'ਚ ਬੈਂਡ ਵੀ ਹੈ, ਐਵੇਂ ਜਰਸੀ ਕਰਾਸ ਹੈ, ਇਹ ਚੈੱਕ ਕਰੋ ਮਾਸ਼ਾਅੱਲਾ ਜੀ ਕਿੱਡੀ ਜਸਾਮਤ ਹੈ। ਅਤੇ ਕੰਨ ਦੋਸਤਾਂ ਵੇਖਣੇ ਨੇ, ਰਵੇਲ ਕਾਫੀ ਹੈ ਪਿਆਰਾ ਭਾਈ, ਇੱਧਰ ਨੂੰ ਜ਼ਰਾ ਟੋਰਿਓ ਲੰਮੀ ਜੀ। ਭਾਈ ਅਬੂ ਜ਼ਰ ਸਾਹਿਬ ਅਭੀ ਖਾਂਗੜ ਹੈ ਜੀ? ਨਹੀਂ ਭਾਈ ਫਰਾਦੇ ਕਹਿਆ ਖਾਂਗੜ ਜੇ ਕੋ 3 ਮਹੀਨਿਆਂ ਦੀ ਗੱਬਣ ਜੇ, ਯਾਨੀ ਕਿ ਗੱਬਣ ਵੀ ਹੈ ਤੇ ਦੁੱਧ ਵੀ ਹੈ। ਦੁੱਧ ਕਿੰਨਾ ਦੇ ਕੋਲ? ਦੁੱਧ ਦੇ ਕੋਲ 6 ਕਿਲੋ ਜੇ। ਦੁੱਧ 6 ਕਿਲੋ ਵੇ, ਸਵੇਰ ਕਿੰਨਾ ਸੂਈ ਹੁਣ ਭਾਈ ਫਰਾਦੇ? ਤੀਸਰਾ ਸਵਾ ਸੂਈ, ਸਵਾ ਤੀਸਰਾ ਸੂਈ ਹੈ। ਦੁੱਧ 6 ਕਿਲੋ ਵੇ, 3 ਮਹੀਨੇ ਦੀ ਗੱਬਣ ਵੀ ਅਗੂੰ, ਸਵਾ ਚੌਥਾ ਸੋਣਾ, ਜਿਹੋ ਜੀ ਜਸਾਮਤ ਹੈ ਭਾਈ ਜੀ, ਵੇਖ ਕੇ ਸੁਆ ਦੂਸਰਾ ਵੀ ਕਹਿ ਸਕਦੇ ਹਾਂ। ਲੇਕਿਨ ਬੜੀ ਅੱਛੀ ਗੱਲ ਹੈ ਇਹਨਾਂ ਦੀ ਕਿ ਪਿੱਛੋਂ ਇਹਨਾਂ ਦੇ ਵਾਲਦ ਸਾਹਿਬ ਦੀ ਹਦਾਇਤ ਹੈ ਕਿ ਗੱਲਬਾਤ ਜੋ ਹੈ ਵੇ ਹਕੀਕਤ ਦੋਸਤਾਂ ਨੂੰ ਉਹ ਹੀ ਦੱਸਣੀ। ਦੋਸਤ ਓਵਰਸੀਜ਼ ਬੈਠੇ ਨੇ, ਆਊਟ ਆਫ ਸਿਟੀ ਬੈਠੇ ਨੇ, ਇਤਮਾਦ ਕਰਦੇ ਨੇ। ਦੁੱਧ 6 ਕਿਲੋ ਵਿੱਚ ਚਵਾਈ ਦੀ ਕਿੰਝ ਕਰਦੇ ਹੋ ਜੀ? ਭਾਈ ਫਰਾਦ ਐਨੀ ਭਾਂਸ ਲੈ ਬਾਈਓ, ਆ ਵੇਖੋ ਖਿਲਾ ਰੇ ਭਾਈ ਜਾਨ, ਆ ਜੇ ਨਸਲਾਂ, ਆ ਜੇ ਉਹ ਹੀ ਸਿਆਣੇ ਕਹਿੰਦੇ ਨੇ ਕਿ ਨਸਲਾਂ ਨੂੰ ਸ਼ਰਫਾ ਹਸਲ ਹੁੰਦੀਆਂ ਨੇ। ਆ ਚੈੱਕ ਕਰੋ ਮਾਸ਼ਾਅੱਲਾ ਜੀ, ਸ਼ਰਫ ਦੋਸਤਾਂ ਵੇਖ ਲੈਣੀ ਹੈ, ਨਾ ਟੀਕੇ ਦੀ ਜ਼ਰੂਰਤ ਹੈ, ਨਾ ਪਹਾੜੇ ਦੀ ਜ਼ਰੂਰਤ ਹੈ, ਥਾਣੀ ਦੋਸਤਾਂ ਵੇਖ ਲੈਣੇ ਨੇ, ਪੁੱਠਾ ਵੀ ਚੈੱਕ ਕਰਨਾ, ਰਵੇਲ ਕਾਫੀ ਹੈ, ਜਰਸੀ ਕਰਾਸ ਹੈ ਜੀ, ਹਾਂਜੀ ਭਾਈ ਠੀਕ ਹੈ, ਜ਼ਿਆਦਾ ਜਰਸੀ ਕੋਈ ਹਲਕਾ ਜਿਹਾ ਵਿੱਚ ਚੁਲਸਤਾਨੀ ਦਾ ਕਰਾਸ ਹੋਏਗਾ, ਰਵੇਲ ਦੋਸਤਾਂ ਫਿਰ ਵੇਖ ਲੈਣੀ ਹੈ। ਸੁਬਾਹ ਤੀਸਰਾ ਪੀ ਹੈ, ਦੁੱਧ 6 ਕਿਲੋ ਵੇ ਅੱਗੂ, ਸੁਬਾਹ ਚੌਥਾ ਸੋਣਾ ਅਤੇ 3 ਮਹੀਨੇ ਦੀ ਕਨਫਰਮ ਗੱਬਣ ਹੈ ਜੀ। ਭਾਈ ਅਬੂ ਜ਼ਰ ਸਾਹਿਬ ਗਾਂ ਨੰਬਰ 2 ਦਾ ਰੇਟ ਭਾਈ ਖਰਾਦ, ਇਹ ਜੀਆਂ ਬੈੜਾਂ 3-3 ਲੱਖ ਦੀਆਂ ਵਿਕਦੀਆਂ ਜੇ, ਵੱਧ ਵਿਕਦੀਆਂ ਨੇ ਜਦੋਂ ਵੰਨ ਆਈਆਂ ਹੁਣ, ਵੇਖੋ ਨਸਲ ਬੈੜੀ ਦੀ ਮਾਸ਼ਾਅੱਲਾ, ਮੈਂ ਹਾਓ ਇਹਨਾਂ ਨੂੰ ਲੋਏ ਦੋਸਤੋ, ਕੰਨ ਫਿਰ ਵੇਖਣੇ ਨੇ ਮਾਸ਼ਾਅੱਲਾ ਜੀ। ਭਾਈ ਫਰਾਦ ਤੁਹਾਨੂੰ ਪਤਾ ਇੱਕ ਕਰਨੇ ਖੜਾ ਕੀ ਹੈ? 1,90,000 ਰੁਪਏ ਦੀ ਬੈੜੀ ਦੇ, 1,90,000 ਜਿੰਦਾਬਾਦ। ਇਹ ਕਿਤੇ ਸੇਲ ਤੇ ਨਹੀਂ ਹੋ ਗਈ ਆ ਜਿਹੜੀ ਗਾਂ ਮੇ? ਜਾਨਵਰ ਸੇਲ ਹੋ ਗਿਆ, ਜਾਨਵਰ ਹੁਣ ਲਾਈਨ ਸੇਲ ਕਰਨ ਵਾਸਤੇ ਜਿਹੜੇ ਬੰਦੇ ਨੇ ਪਹਿਲੇ ਰਾਬਤਾ ਕਰਨਾ, ਬਿਆਨਾ ਕਰ ਲੈਣਾ, ਉਹਦਾ ਪੱਕਾ ਹੀ ਹੋਣਾ ਜਾਨਵਰ। ਤਾਜ਼ੀ ਸੂਈ ਹੈ, ਕਾਦਾ ਵਰੇ ਹਾਈਟ ਵੇਖ ਲੈਣੀ ਮਾਸ਼ਾਅੱਲਾ ਜੀ, ਥੱਲੇ ਵੀ ਜੀ। ਕੀ ਕਿਹਾ ਅੰਕਲ ਜੀ? ਸੁਬਾਹ ਕਿੰਨਾ ਸੂਈ ਹੈ? ਦੂਸਰਾ ਸੁਬਾਹ ਸੂਈ ਹੈ, 6 ਦੰਦੇ ਮਾਸ਼ਾਅੱਲਾ ਜੀ, ਥੱਲੇ ਪੂਰਾ ਨਜ਼ਾਰਾ ਕਰਾਉਂਦੀ ਹੈ ਭਾਈ, ਕਰਾਸ ਬਰੀਡ ਦੇ। ਜਿਹੜਾ ਵੀ ਦੋਸਤਾਂ ਵੇਖਣਾ ਭਾਈ ਜਾਨ, ਤੁਹਾਨੂੰ ਟੋਰੋ ਹਜ਼ਾਰਾਂ ਛਾਵੇਂ ਛਾਵੇਂ ਲੰਮੀ ਟੋਰੋ। ਕਿਦੋਂ ਦੀ ਸੂਈ ਹੈ ਭਾਈ ਅਬੂ ਜ਼ਰ ਸਾਹਿਬ? ਹੈ ਭਾਈ ਫਰਾਦ ਨੂੰ 20-22 ਦਿਨ ਹੋ ਗਏ ਜੇ ਸੂਈਆਂ ਨੂੰ, 20-22 ਦਿਨ ਹੋ ਗਏ ਨੇ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਜਿਹੜਾ ਮੈਦਾਨ ਥੱਲੇ ਲਾਇਆ ਦੋਸਤਾਂ ਵੀ ਚੈੱਕ ਕਰਨਾ, ਲਿਬਾਸ ਚੰਗਾ ਕੀਤਾ, ਥਣਾਂ ਦੀ ਵੰਡ ਵੀ ਪਿਆਰੀ ਹੈ, ਸੁਆ ਦੂਸਰਾ ਵੇ, 6 ਦੰਦੇ ਪਿਆਰੇ ਭਾਈ, ਇੱਧਰ ਨੂੰ ਲਿਆਓ ਛਾਵੇਂ ਛਾਵੇਂ ਲੰਮੀ ਟੋਰੋ ਜ਼ਰਾ। ਕਿੰਨਾ ਕੁ ਦੁੱਧ ਭਾਈ ਬਜ਼ਾਰ ਦੇ ਕੋਲ? ਭਾਈ ਫਰਾਦ ਇਹਦੇ ਕੋਲ 16 ਡੱਬੇ ਦੁੱਧ ਜੇ, ਦੋਵਾਂ ਟਾਈਮਾਂ ਦਾ ਟੋਟਲ ਬਜਟ ਸਮੇਤ ਦੁੱਧ 16 ਕਿਲੋ ਵੇ। ਪ੍ਰਿੰਟ ਜ਼ਬਰਦਸਤ ਮਾਸ਼ਾਅੱਲਾ ਜੀ, ਚੀਜ਼ ਬੜੀ ਪਿਆਰੀ ਹੈ। 20-22 ਦਿਨ ਹੋ ਗਏ ਨੇ, 6 ਦੰਦੇ ਤੇ ਸੁਆ ਦੂਸਰਾ, ਠੀਕ ਹੈ ਭਾਈ ਲੈ ਚਲੋ ਜੀ, ਲਿਆਓ ਜਾ ਕੀ ਮਗਰ ਇਹਦੇ ਭਾਈ ਫਰਾਦ ਇਹਦੇ ਮਗਰ ਵੱਛਾ ਜੀ, ਪਿੱਛੇ ਦੇ ਵੱਛਾ ਮਾਸ਼ਾਅੱਲਾ ਜੀ, ਬੰਨੋ ਤੁਸੀਂ, ਮੈਂ ਵੱਛਾ ਵਹਾ ਲੈਣਾ ਵਾ, ਉਹ ਸਾਹਮਣੇ ਵੱਛਾ ਦਾ ਜੀ, ਇਹ ਜਿਹਾ ਸੈਂਟਰ 'ਚ ਨਜ਼ਰ ਹੁੰਦਾ ਪਿਆ ਭਾਈ ਫਰਾਦ, ਮੈਂ ਉਹ ਵੀ ਚੈੱਕ ਕਰਾਉਂਦਾ ਭਾਈ ਅਬੂ ਜ਼ਰ, ਇਹ ਵੱਛਾ ਪਿੱਛੇ ਮਾਸ਼ਾਅੱਲਾ ਜੀ, ਜੀਆਂ ਬਾਈਆਂ ਦਿਨਾਂ ਦਾ ਬੱਚਾ ਤੇ ਆ ਗਈ ਖੇਤ ਮੰਦੇ। ਚਲੋ ਦੋਸਤੋ, ਚਿਹਰਾ ਫਿਰ ਵੇਖਣਾ ਮਾਸ਼ਾਅੱਲਾ ਜੀ, ਕਾਲੇ ਥਣ ਦੇ ਤੇ ਥਣਾਂ ਦੀ ਵੰਡ ਵੇਖਣੀ ਹੈ।
ਪਾਵੇ ਲੱਗੇ ਹੋਣ। ਮਾਸ਼ਾਅੱਲਾ ਜੀ ਸੂਆ ਜ਼ਿਆਦਾ ਚ ਨਹੀਂ, ਸੂਆ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ, ਤੇ ਕੀਮਤ ਡਿਮਾਂਡ 2,80,000 ਅੱਗੇ ਬਾਈ ਲਿਆਓ ਜੀ ਝੋਟੀ। ਕਾਲੀ ਅੱਖਾਂ ਨੇ, ਦੋ ਅੱਖਾਂ ਦੀ ਰੰਗਤ ਸੇਮ ਹੈ, ਚੈੱਕ ਕਰੋ ਮਾਸ਼ਾਅੱਲਾ ਜੀ। ਖਾਂਗੜ ਜਾਨਵਰ ਨਸਲੀ ਹੋਏ ਤੇ ਮਜ਼ਾ ਫੇਰ ਹੀ ਹੁੰਦਾ ਭਾਈ, ਇੱਧਰ ਨੂੰ ਛਾਵੇਂ ਛਾਵੇਂ ਟੋਰੇ ਜੀ। ਭਾਈ ਅਬੂਜ਼ਰ ਸਾਹਿਬ ਕਿੰਨਵਾਂ ਸੁਆ ਸੂਈ ਹੈ ਜੀ ਝੋਟੀ? ਭਾਈ ਭਰਾ ਦਾ ਦੂਸਰਾ ਸੁਆ ਸੂਈ ਹੈ ਝੋਟੀ। ਝੋਟੀ ਸੁਆ ਦੂਸਰਾ ਸੂਈ ਹੈ ਖਾਂਗੜ ਮਾਸ਼ਾਅੱਲਾ ਜੀ। ਦੁੱਧ ਕਿੰਨਾ ਕਿਹਦੇ ਕੋਲ? ਭਾਈ ਭਰਾ ਦੇ ਕੋਲ ਦੁੱਧ ਜੇ 8 ਕਿਲੋ ਡੱਬੇ ਨਾ ਮੈਨ ਕੇ ਦੁੱਧ 8 ਕਿਲੋ ਵੇ। ਲਿਬਾਸ ਵੀ ਦੋਸਤਾਂ ਵੇਖਣਾ, ਥਾਣ ਵੀ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ। ਭਾਈ ਇਹ ਜ਼ਰਾ ਪਰਤਾ ਕੇ ਲਿਆਇਓ, ਅਗੂ ਕ੍ਰਾਸ ਤੇ ਨਹੀਂ ਹੋਈ ਭਾਈ ਭਰਾ ਦੇ? ਨਹੀਂ ਜਲਾ ਕ੍ਰਾਸ ਹੋਈ। ਠੀਕ ਹੈ, ਬਜਾਇਆ ਇਸ ਦੇ ਕਿ ਦੋਸਤਾਂ ਨੂੰ ਕਹੀਏ 10 ਦਿਨ ਹੋ ਗਏ ਨੇ, 15 ਦਿਨ ਹੋ ਗਏ ਨੇ, ਜੋ ਗੱਲਬਾਤ ਹੈ ਇਨਸ਼ਾਅੱਲਾ ਉਹੀ ਦੱਸੀ ਜਾਏ ਜੀ। ਸੁਆ ਦੂਸਰਾ ਸੂਈ ਹੈ ਤੇ ਦੁੱਧ 8 ਕਿਲੋ ਹੈ ਮਾਸ਼ਾਅੱਲਾ ਜੀ, ਤੇ ਖੂਬਸੂਰਤੀ ਵੇਖਣੀ ਹੈ ਕੁਆਲਿਟੀ ਦਾ ਭਾਈ ਫਰਾਦ ਕੱਦ ਲਾਰ ਭਾਈ ਜਨ ਇੱਥੇ ਮਾਸ਼ਾਅੱਲਾ ਜੀ ਦੇਖੋ ਕੱਦ ਸਾਨੂੰ ਵੀ ਦੋਸਤਾਂ ਵੇਖ ਲੈਣੇ ਨੇ ਸ਼ਾਨਦਾਰ ਚੋਈ ਕਿੰਜ ਕਰਦੇ ਹੋ ਭਾਈ ਫਰਾਦ? ਦੋਵੇਂ ਟਾਈਮ ਪਾੜੇ ਦੇਖ ਲੋ ਜੋ ਆ ਵੇਖੋ ਲਾਰ ਭਾਈ ਜਨ ਐ ਜੀ। ਠੀਕ ਹੈ ਇਹ ਐ ਜੀ, ਹਾਲਾਂਕਿ ਕੁਝ ਜਾਨਵਰ ਕੈਮਰੇ ਤੋਂ ਡਰਦੇ ਨੇ। ਠੀਕ ਹੈ ਕੈਮਰੇ ਤੋਂ ਇਹ ਉਹ ਨਸਲਾਂ ਨਹੀਂ ਜੇ, ਭਾਈਚਾਰਾ ਸਾਹਮਣੇ ਕਰਿਓ। ਓਏ ਦੋਸਤੋ ਕਾਲੀਆਂ ਅੱਖਾਂ ਨੇ, ਸਿੰਗੀਆਂ ਵੀ ਦੋਸਤਾਂ ਵੇਖ ਲੈਣੀਆਂ ਨੇ, ਸੁਬਾਹ ਦੂਸਰਾ ਵੇ, ਦੁੱਧ 8 ਕਿਲੋ ਵੇ, 24 ਦੋਵੇਂ ਟਾਈਮ ਪਾੜੇ ਤੇ। ਠੀਕ ਹੈ ਪਿਆਰੇ ਭਾਈ ਲੈ ਚੱਲਿਓ, ਹਾਈਟ ਵਗੈਰਾ ਰਵੇਲ ਵੀ ਦੋਸਤਾਂ ਚੈੱਕ ਕਰ ਲੈਣੀ ਹੈ, ਚੀਜ਼ ਹੈ ਵੀ ਖੂਬਸੂਰਤ ਤੇ ਖਾਂਗੜ ਮਾਸ਼ਾਅੱਲਾ ਜੀ। ਠੀਕ ਹੈ ਭਾਈ ਲੈ ਚੱਲੋ, ਆਓ ਜੀ ਭਾਈ ਅਬੂਜ਼ਰ ਸਾਹਿਬ ਪੀਣ ਦੋ ਨੂੰ ਪਾਣੀ, ਤੁਸੀਂ ਵੱਛੀ ਖੋਲ ਲਿਆਓ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਲਾਇਓ ਕੀਮਤ ਦੀ, ਇੱਥੇ ਆ ਕੇ ਲਾਓ ਕੀਮਤ। ਭਾਈ ਫਰਾਦ ਤੁਹਾਨੂੰ ਪਤਾ ਕਰਨਾ ਖੜਾ ਕੀ ਹੈ? ਇਨਸ਼ਾਅੱਲਾ ਕਰੀਏ ਫਿਰ ਖੜਾਕ ਕਰੋ ਆਈ ਤੋਂ ਜੀ। 2,20,000 ਅੱਗੇ ਭਾਈ ਲਿਆਓ ਜੀ, ਵੱਛੀ ਲਿਆਓ ਜੱਗੀ ਭਾਈ, ਕਿਆ ਹੋ ਆਪਕੋ? ਆਓ ਜ਼ਰਾ ਤਵੱਜੋ ਕਰੋ, ਐ ਚੈੱਕ ਕਰੋ ਮਾਸ਼ਾਅੱਲਾ ਜੀ, ਵੱਛੀ ਵੀ ਦੋਸਤਾਂ ਵੇਖਣੀ ਹੈ, ਖਿਲਾਰ ਭਾਈ ਜਨ ਮੋਨੀ ਹੈ, ਮੋਨੀ ਹੈ, ਥਾਣਵੀਂ ਤਾਂ ਬੜੇ ਪਿਆਰੇ ਨੇ, ਪ੍ਰਿੰਟ ਵੀ ਜ਼ਬਰਦਸਤ ਹੈ ਮਾਸ਼ਾਅੱਲਾ ਜੀ, ਤੇ ਖੂਬਸੂਰਤੀ ਵੇਖ ਲੈਣੀ ਹੈ, ਖੀਰੀ ਵੱਛੀ ਹੈ ਭਾਈ, ਹਲਕਾ ਜਿਹਾ ਚੱਕਰ ਲਵਾਉਣਾ ਬਸ, ਐਕਟਿਵ ਵੀ ਛਾਵੇਂ ਛਾਵੇਂ ਲਵਾਇਓ ਚੱਕਰ, ਐ ਚੈੱਕ ਕਰੋ ਮਾਸ਼ਾਅੱਲਾ ਜੀ, ਕਾਲੇ ਥਾਨ ਨੇ, ਥਾਣੀ ਦੋਸਤਾਂ ਵੇਖਣੇ ਨੇ ਭਾਈ, ਪਾਣੀ ਤੇ ਖੜੋ ਜ਼ਰਾ, ਥਾਨ ਦੋਸਤਾਂ ਚੈੱਕ ਕਰਾਈਏ, ਲਓ ਦੋਸਤ ਲਾ ਰਿਹਾ ਜ਼ਰਾ, ਐ ਚੈੱਕ ਕਰ ਲਓ ਮਾਸ਼ਾਅੱਲਾ ਜੀ, ਠੀਕ ਆ ਗਏ ਨਜ਼ਰ, ਐ ਵੀ ਐਕਟਿਵ ਹੈ ਜੀ, ਨਸਲ ਹੈ ਭਾਈ ਅਬਜ਼ਰ, ਪਤਾ ਹੀ ਹੈ ਦੋਸਤੋ ਹੋ ਗਏ ਜ਼ਿਆਦਾ ਲਾਂ ਭਾਈ ਫਰਾਦ, ਦੋਸਤੋ ਹੋ ਗਏ ਜ਼ਿਆਦਾ ਲਾਂ ਕਲਾਸ ਲੱਗਦੀ ਹੈ ਵੀ ਮਜ਼ੀਦ ਦੋਸਤਾਂ ਨੇ ਖੁਦ ਅੰਦਾਜ਼ਾ ਕਰ ਲੈਣਾ, 4 ਥਾਨ ਨੇ, ਕਾਲੇ ਥਾਨ ਨੇ ਤੇ ਖੀਰੀ ਵੱਛੀ ਹੈ ਮਾਸ਼ਾਅੱਲਾ ਜੀ। ਆਓ ਜੀ ਭਾਈ ਅਬੂਜ਼ਰ ਸਾਹਿਬ, ਕੀ ਰੇਟ ਹੈ ਜੀ ਵੱਛੀ ਦਾ? ਭਾਈ ਫਰਾਜ਼ ਤੁਹਾਨੂੰ ਪਤਾ ਕਰਨਾ ਖੜਾ ਕੀ ਹੈ ਜੀ? ਜੀ ਇਹ 1,00,000 ਤੇ 10,000 ਦੀਆਂ ਜਿੰਦੀਆਂ ਮੱਛੀਆਂ ਵਿਕਦੀਆਂ ਜੇ। ਠੀਕ ਹੈ ਕਰੀਏ ਖੜਾਕ ਕਰੋ ਭਾਈ ਅਬੂਜ਼ਰ ਸਾਹਿਬ, 80,000 ਰੁਪਏ ਦੀ ਵੱਛੀ ਦੇ ਦਿਆਂ ਜੀ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਜੀ, ਕੀਮਤ ਅਦੀ ਹੈ ਜੀ 80,000, ਕ੍ਰਾਸ ਬਰੀਡ ਖੀਰੀ ਵੱਛੀ ਹੈ, ਪ੍ਰਿੰਟ ਜ਼ਬਰਦਸਤ ਹੈ, ਸਾਰੇ ਜਾਨਵਰਾਂ ਦੀ ਤਸੱਲੀ ਕਰਾ ਦਿੱਤੀ ਹੈ, ਅੱਜ ਅਬੂਜ਼ਰ ਨੇ ਕੀਤਾ ਖੜਾ ਕੀ, ਦੋਸਤਾਂ ਵੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ ਹੈ। ਮਜ਼ੀਦ ਕੋਈ ਪੈਗਾਮ ਦੇਣਾ ਭਾਈ ਫਰਾਦ? ਕੋਈ ਪੈਗਾਮ ਨਹੀਂ, ਪੈਗਾਮ ਰੱਬ ਦੇ ਹੁਕਮ ਦੇ ਪੈਗਾਮ ਹੈ। ਠੀਕ ਹੈ ਚਾਚੇ ਹਰੀ ਆਏ ਨੇ, ਚਾਚੇ ਹਰੀ ਕੋਈ ਪੈਗਾਮ ਦੇਣਾ ਚਾਹੁੰਦੇ ਲੈ ਲਓ ਚਾਚੇ ਹੋਰਾਂ ਦਾ ਪੈਗਾਮ। ਚਲੋ ਜੀ ਅਗਲੀ ਵੀਡੀਓ ਚ ਲਵਾਂਗੇ, ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਵੇ।